ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਸਾਰਿਆਂ ਦਾ? ਉਮੀਦ ਕਰਦਾ ਸਾਰੇ ਠੀਕ ਹੋ। ਸੋ ATS 290 ਸਪੈਸ਼ਲ ਬੜਾ ਪਸੰਦ ਕੀਤਾ ਜਾਂਦਾ ਹੈ ਕਿ ਨਵੇਂ ਮਾਰਕੀਟ 'ਚ ਟਰੈਕਟਰ ਆਏ ਨੇ, ATS ਨੇ ਲਾਂਚ ਕੀਤੇ ਨੇ ਅਤੇ ਅੱਛਾ ਟਰੈਕਟਰ ਹੈ। ਅਤੇ ਇਹ ਬਿਲਕੁਲ ਮੇਰੇ ਸਾਹਮਣੇ ਤੁਸੀਂ ਵੇਖ ਰਹੇ ਹੋ ATS 290 ਸਪੈਸ਼ਲ ਰੈੱਡ ਕਲਰ 'ਚ, ਇਹ ਬਿਲਕੁਲ ਨਿਊ ਹੈ ਜੀ। ਅਤੇ ਸ਼ੋਰੂਮ ਤੋਂ ਲੈ ਕੇ ਘਰ ਆਏ ਨੇ ਤਕਰੀਬਨ 62 ਕਿਲੋਮੀਟਰ ਸੀ ਚੱਲ ਕੇ ਆਇਆ, ਅਤੇ ਟਰੈਕਟਰ ਚੱਲਾ ਸਿਰਫ 11 ਘੰਟੇ, ਮਤਲਬ ਕੰਮ ਵਗੈਰਾ ਟਰੈਕਟਰ ਨੇ ਅਜੇ ਕੋਈ ਨਹੀਂ ਕੀਤਾ। ਅਤੇ ਮਾਲਕਾਂ ਨੇ ਬੜੇ ਸ਼ੌਕ ਨਾਲ ਲਿਆ ਸੀ ਜੀ, ਚੈੱਕ ਕਰਨ ਵਾਸਤੇ, ਕਿਉਂਕਿ ਉਹ ਪਹਿਲੇ 85 ਯੂਜ਼ ਕਰਦੇ ਰਹੇ, ਇੱਕ ਨਵੀਂ ਕੰਪਨੀ ਉਹਨਾਂ ਖਾਈ ਹੈ, ਇਹਨੂੰ ਵੀ ਯੂਜ਼ ਕਰਨੇ ਹੈ, ਪਤਾ ਲੱਗ ਜਾਵੇ ਟਰੈਕਟਰ ਅੱਛਾ ਹੈ ਕਿ ਨਹੀਂ। ਉਹਨਾਂ ਆਉਂਦੇ ਜੀ ਚੈਪਰ 'ਤੇ ਯੂਜ਼ ਕਰਨਾ ਸੀ, ਚੈਪਰ 'ਤੇ ਚਲਾਇਆ ਅਤੇ ਟਰੈਕਟਰ ਦਾ ਲੋ ਗੇਅਰ ਕੰਮ ਨਹੀਂ ਕਰ ਰਿਹਾ ਸੀ, ਟਰੈਕਟਰ ਦਾ ਲੋ ਗੇਅਰ ਕੰਮ ਨਹੀਂ ਕਰ ਰਿਹਾ ਸੀ। ਇਹਦੇ 'ਚ ਕਈ ਸਵਾਲਾਤ ਉੱਠਦੇ ਹਨ ਵੀ ਕੰਪਨੀ ਨੇ ਐਡੀ ਵੱਡੀ ਗਲਤੀ ਕਿਵੇਂ ਕਰ ਦਿੱਤੀ, ਕਿਆ ਕੰਪਨੀ ਨੇ ਜਿਸਲ ਟਰੱਕ ਫੈਕਟਰੀ ਤੋਂ ਬਾਹਰ ਕੱਢਾ ਜਾਂ ਬਣਾਇਆ ਜਾਂ ਦਿੱਤਾ, ਮਤਲਬ ਬਾਹਰ ਉੱਤੇ ਉਹਨਾਂ ਲੋ ਗੇਅਰ ਕਿਉਂ ਨਹੀਂ ਚੈੱਕ ਕੀਤਾ, ਕੀ ਵਜ੍ਹਾ ਸੀ, ਜਾਂ ਟਰੈਕਟਰ 'ਚ ਬਾਅਦ 'ਚ ਇਹ ਫਾਲਟ ਹੋਇਆ ਤਾਂ ਬਾਅਦ 'ਚ ਫਾਲਟ ਕਿਉਂ ਹੋਇਆ, ਲੋ ਗੇਅਰ ਵਾਲਾ ਫਾਲਟ ਐਡਾ ਵੱਡਾ ਫਾਲਟ ਹੈ। ਇਹ ਟਰੈਕਟਰ ਕੰਪਨੀ ਤੋਂ ਬਾਹਰ ਆਇਆ, ਉਸ ਤੋਂ ਬਾਅਦ ਇਹ ਡੀਲਰ ਕੋਲ ਆਇਆ, ਡੀਲਰ ਕੋਲ ਵੀ ਲੋ ਗੇਅਰ ਕਿਸੇ ਨੇ ਚੈੱਕ ਕੀਤਾ, ਫਿਰ ਮਾਲਕਾਂ ਲਿਆ, ਮਾਲਕਾਂ ਵੀ ਚੈੱਕ ਨਹੀਂ ਕੀਤਾ। ਜਿਸ ਵੇਲੇ ਘਰ ਲਿਆ ਕੇ ਚੈਪਰ 'ਤੇ ਯੂਜ਼ ਕਰਨ ਲੱਗੇ ਸੀ, ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਟਰੈਕਟਰ ਦਾ ਲੋ ਗੇਅਰ ਕੰਮ ਨਹੀਂ ਕਰਦਾ। ਹੁਣ ਐਡੀ ਵੱਡੀ ਗਲਤੀ ਜੀ ਕਿਵੇਂ ਹੋ ਗਈ? ਦੂਸਰੀ ਗੱਲ ਇਹ ਕਿ ਉਹਨਾਂ ਜੀ ਕਲੇਮ ਦੀ ਦਾ ਗੱਲ ਕੀਤੀ ਜੀ ਡੀਲਰ ਨਾਲ, ਡੀਲਰ ਨੇ ਕਿਹਾ ਕਿ ਤੁਸੀਂ ਇਹ ਟਰੈਕਟਰ ਵਾਪਸ ਦੇ ਜਾਓ, ਮੇਰੇ ਕੋਲ 385 ਲੈ ਜਾਓ ਨਵਾਂ 26 ਮਾਡਲ। ਡੀਲਰ ਨੇ ਇਹ ਕਿਉਂ ਨਹੀਂ ਕਿਹਾ ਕਿ ਮੈਂ ਤੁਹਾਨੂੰ ਕੰਪਨੀ ਕੋਲੋਂ ਕਲੇਮ ਲੈ ਕੇ ਦੇਣਾ? ਕਿਉਂ, ਡੀਲਰ ਨੂੰ ਭਰੋਸਾ ਨਹੀਂ ਸੀ ਕੰਪਨੀ ਕਲੇਮ ਨਹੀਂ ਦਿੰਦੀ, ਜਾਂ ਉਹਨੇ ਇਹ ਗੱਲ ਕਿਉਂ ਕੀਤੀ ਕਿ ਤੁਹਾਨੂੰ 85 ਲੈ ਕੇ ਦੇਣਾ? ਇਹ ATS ਨੂੰ ਸੋਚਣਾ ਹੋ ਗਿਆ ਕਿ ਅਗਰ ਉਹ ਕਿਸੇ ਨੂੰ ਵੀ ਦਿੰਦੇ ਨੇ, ਹਾਂ ਅਗਰ ਤੁਸੀਂ ਉੱਥੋਂ ਜਾ ਕੇ ਟਰੈਕਟਰ ਲਿਆਉਂਦੇ ਨੇ ਫਿਰ ਤਾਂ ਕੰਪਨੀ ਤੁਹਾਡਾ ਫੁੱਲ ਤਾਵਨ ਕਰਦੀ, ਹਾਂ ਅਗਰ ਤੁਸੀਂ ਡੀਲਰ ਕੋਲ ਲਿਆਉਂਦੇ ਨੇ ਤਾਂ ਡੀਲਰ ਨੂੰ ਵੀ ਇਹ ਕਵਨ ਕਿ ਟਰੱਕ ਨੂੰ ਜੋ ਕੁਛ ਮਰਜ਼ੀ ਹੋਵੇ ਸਾਨੂੰ ਪਹਿਲੇ ਇਤਲਾਹ ਕਰੋ, ਅਸੀਂ ਉੱਥੇ ਆ ਕੇ ਸਹੀ ਕਰਾਂਗੇ। ਹੁਣ ਡੀਲਰ ਨੂੰ ਅਗਰ ਕਿਸਾਨ ਕਹਿੰਦਾ ਹੈ ਐਮਰਜੈਂਸੀ ਸੀਜ਼ਨ ਹੈ, ਉਹਨੇ ਤਾਂ ਕੰਮ ਲੈਣਾ, ਉਹਦੇ ਕੋਲ ਇੰਨਾ ਟਾਈਮ ਹੀ ਨਹੀਂ ਕੋਈ ਇੱਥੋਂ ਜਾਵੇ ਕੰਪਨੀ ਕੋਲ, ਕੰਪਨੀ ਕੋਲ ਇੰਨੇ, ਉਹਨਾਂ ਮਾਲਕਾਂ ਨੇ ਇਹ ਕੀਤਾ ਵੀ ਛੋਟਾ ਜਿਹਾ ਚਲੋ ਅੱਲਾ ਖੈਰ ਕਰੇ ਮਸਲਾ ਹੈ ਅਤੇ ਖੁਲਵਾ ਕੇ ਸਹੀ ਕਰਾ ਲੈਂਦੇ, ਉਹਦਾ ਇੱਥੇ ਵਰਕਸ਼ਾਪ ਲਿਆਂਦਾ ਅਤੇ ਇਹਦਾ ਟਾਪਾ ਵਗੈਰਾ ਖੋਲ੍ਹਾ, ਲੇਕਿਨ ਇਹ ਮਸਲਾ ਹੱਲ ਨਹੀਂ ਹੋਇਆ। ਫਿਰ ਉਹ ਵਰਕਸ਼ਾਪ ਵਾਲਿਆਂ ਕਿਹਾ ਵੀ ਇਹ ਮੁਕੰਮਲ ਖੁੱਲ੍ਹ ਸੀ, ਫਿਰ ਉਹ ਸੋਚ ਰਹੇ ਸੀ ਵੀ ਉਹਨੇ ਮੁਕੰਮਲ ਖੁਲਵਾਈਏ ਕਿ ਪਿੱਛੇ ਦੇਈਏ ਜਾਂ 85 ਲਿਆਈਏ ਜਾਂ ਉਹਨਾਂ ਕੋਲ, ਮਤਲਬ ATS ਵਾਲੇ ਨੂੰ ਆਖੀਏ, ਕਿਉਂਕਿ ਇੰਨਾ ਉਹਨਾਂ ਕੋਲ ਟਾਈਮ ਨਹੀਂ ਸੀ ਫਸਲ ਤਿਆਰ, ਮਤਲਬ ਗੰਦਮ ਹੁਣ ਸੀਜ਼ਨ ਉਹਨਾਂ ਚੈਪਰ 'ਤੇ ਲਾਉਣਾ, ਉਹਨਾਂ ਕੱਢਣੀ ਆਈ, ਅਤੇ ਲਿਹਾਜ਼ਾ ਇਹ ਛੋਟੀਆਂ ਛੋਟੀਆਂ ਗਲਤੀਆਂ ਅਗਾਂ ਬਹੁਤ ਨੁਕਸਾਨ ਦਿੰਦੀਆਂ ਨੇ, ਕਿਸਾਨ ਨੂੰ ਬੜਾ ਨੁਕਸਾਨ ਦਿੰਦੀਆਂ ਨੇ। ਹੁਣ ਕਿਸਾਨ ਕੋਲ ਸਿਰਫ ਇਹ ਹੀ ਆਲਾ ਕਿ ਉਹ ਜਾਵੇਗਾ, ਇਹ ਇੰਨੇ ਸ਼ੌਕ ਨਾਲ ਉਹਨੇ ਟਰੈਕਟਰ ਲਿਆ ਸੀ, ਹੁਣ ਦੁਬਾਰਾ ਜਾ ਕੇ ਉਹ 85 ਲੈ ਆਵੇਗਾ, ਲੇਕਿਨ ਉਹਨਾਂ ਦਾ ਇਰਾਦਾ ਸੀ ਵੀ ਇਹਨੂੰ ਸਹੀ ਕਰਾਉਣੇ ਅਤੇ ਇਹਨੂੰ ਰੱਖਾਂਗੇ, ਬੜੇ ਸ਼ੌਕ ਨਾਲ ਉਹਨਾਂ ਇਹ ਟਰੱਕ ਲਿਆਂਦਾ ਸੀ। ਅਤੇ ਕੰਪਨੀ ਬਾਈ ਐਡੀ ਵੱਡੀਆਂ ਗਲਤੀਆਂ ਨਾ ਕਰੇ, ਅਤੇ ਅੱਗੇ ਤਾਂ ਮਿਲੇ ਤਾਂ ਇਸ ਗੱਲੋਂ ਬਦਨਾਮ ਸੀ, ATS ਆਈ ਸੀ ਸਾਨੂੰ ਸ਼ੌਕ ਬੜਾ, ਮਤਲਬ ਸੁਣਨ ਨੇ ਚਾਹ ਰਹੇ ਸੀ ਪੇਂਟ ਕੁਆਲਿਟੀ ਬਹੁਤ ਅੱਛੀ ਹੈ, ਲੀਕਾਂ ਵਗੈਰਾ ਨਹੀਂ ਕਰਦੇ, ਅਤੇ ਹੁਣ ATS ਵੀ ਇਹ ਜਿਹੀਆਂ ਗਲਤੀਆਂ ਕਰ ਰਿਹਾ।